ਭਗਵਦਿਆ ਪੰਜਾਬ ਚੰਡੀਗੜ੍ਹ ਦੀ ਆਬੂ ਹਵਾ ਦੇ ਵਿੱਚ ਨਹੀਂ ਹੋਇਆ ਕੋਈ ਵੀ ਸੁਧਾਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਹੈ ਲੁਧਿਆਣਾ ਵਿੱਚ 328 ਦਰਜ ਕੀਤਾ AQI ਅੰਮ੍ਰਿਤਸਰ ਦੇ ਵਿੱਚ 231 ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਮੋੜ 300 ਤੋਂ ਪਾਰ ਹੋ ਗਿਆ AQI ਸੋ ਚੰਡੀਗੜ੍ਹ ਦੇ ਸੈਕਟਰ 22 ਦਾ AQI 312 ਦਰਜ ਕੀਤਾ ਗਿਆ ਹੈ ਸੋ ਲਗਾਤਾਰ ਪ੍ਰਦੂਸ਼ਣ ਜਿਹੜਾ ਕਿ ਵੱਧਦਾ ਜਾ ਰਿਹਾ ਹੈ ਪੰਜਾਬ ਚੰਡੀਗੜ੍ਹ ਦੀ ਆਬੂ ਹਵਾ ਦੇ ਵਿੱਚ ਕੋਈ ਸੁਧਾਰ ਜੜਕਿਓ ਦੇਖਣ ਨੂੰ ਨਹੀਂ ਮਿਲ ਰਿਹਾ ਦੱਸ ਦੇਖੀ ਲੁਧਿਆਣਾ ਸ਼ਹਿਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗਿਣਿਆ ਜਾ ਰਿਹਾ ਤੇ ਚੰਡੀਗੜ੍ਹ ਦੀ ਆਬੋ ਹਵਾ ਫਿਰ ਤੋਂ ਖਰਾਬ ਹੋ ਗਈ ਹੈ ਸੋ ਚੰਡੀਗੜ੍ਹ ਦਾ ਜੜਾ ਕਿ AQI 300 ਤੋਂ ਪਾਰ ਪਹੁੰਚ ਚੁੱਕਿਆ ਹੈ ਤੇ ਅੰਮ੍ਰਿਤਸਰ ਦੇ ਵਿੱਚ 231 ਦਰਜ ਕੀਤਾ ਗਿਆ AQI ਚੰਡੀਗੜ੍ਹ ਦੇ ਵਿੱਚ ਮੁੜ ਤੋਂ 300 ਤੋਂ ਪਾਰ AQI ਲਗਾਤਾਰ ਤੂਏ ਦੀ ਪਰਤ ਜੜੇ ਕੀ ਧੁੰਦ ਦੀ ਪਰਤ ਦੇਖੀ ਜਾ ਸਕਦੀ ਹੈ ਸੋ ਪੰਜਾਬ ਚੰਡੀਗੜ੍ਹ ਦੀ ਆਬੋ ਹਵਾ ਦੇ ਵਿੱਚ ਨਹੀਂ ਹੋ ਰਿਹਾ ਸੁਧਾਰ ਤੇ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਤੇ AQI ਵੀ ਵੱਧਦਾ ਜਾ ਰਿਹਾ ਹੈ